ਉਹ ਦੇਖੀ ਕੋਲੇ ਚ ਨਾ ਮਰੀ ਉੱਥੇ ਰੁਕੀ। ਮੈਂ ਕਿੰਨੀ ਸੋਹਣੀ ਲੱਗਦੀ ਹੈ ਜੀਤੋ ਭੈਣ, ਕੱਲੀ ਤੁਹਾਡੀ ਨਹੀਂ ਮੇਰੀ ਵੀ ਹੈ। ਬਾਕੀ ਦੇ ਰਿਸ਼ਤੇਦਾਰ ਨੀ ਦੀਦੇ? ਓਏ ਕੋਈ ਨਾ, ਬਾਕੀ ਦੇ ਰਿਸ਼ਤੇਦਾਰ ਵੀ ਅੰਦਰ ਹੀ ਹੋਣੇ ਆ, ਆ ਜਾ। ਚੱਲ ਮੈਨੂੰ ਵੀ ਕੋਈ ਜਾਣੀ ਫੜ ਕੇ ਲੈ ਜਾਓ, ਮੇਰੇ ਕਿਹੜਾ ਹੱਥਾਂ ਤੇ ਗੋਹਾ ਲੱਗਿਆ ਹੋਇਆ। ਬੈਠੀ ਮੈਨੂੰ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲੈਣ ਦੇ, ਇਹਨਾਂ ਦਾ ਪਤਾ ਨੀ ਹੁੰਦਾ, ਕਾਨਿਆਂ ਦੀ ਦਰੀ ਵਿਛਾ ਦਿੰਦੀਆਂ ਨੇ, ਦੜਾਇਆ ਪਏਗਾ ਥੱਲੇ। ਉਹ ਮੇਰੇ ਹੁੰਦਿਆਂ ਕੋਈ ਚਲਾਕੀ ਨਹੀਂ ਕਰ ਸਕਦਾ, ਬਹਿ ਜਾ ਹੁਣ ਆਰਾਮ ਨਾਲ। ਆਹੋ ਬੇੜਾ ਬਹਿ ਜਾ, ਚਿੱਟੀਆਂ ਦਾ ਤੁਹਾਡੇ ਚੋਂ ਚੱਕ ਲੈਂਦੀਆਂ, ਕੋਈ ਡਿੱਗਣਾ ਹੀ ਸਫਲ ਹੋ ਜਾਂਦਾ ਮੇਰਾ। ਲੈ ਆ ਗਏ ਬਾਕੀ ਦੇ ਵੀ ਰਿਸ਼ਤੇਦਾਰ, ਹੁਣ ਤਾਂ ਭਾਵੇਂ ਚੁਆਰੇ ਚੋਂ ਧੱਕਾ ਦੇ ਦੇਣ, ਹੁਣ ਨਹੀਂ ਜੱਟਦਾ ਹੁੰਦਾ। ਮੈਂ ਕਿਹਾ ਸੀ ਨਾ ਜੀਜੇ ਦਾ ਭਾਈ ਕੁਛ ਜ਼ਿਆਦਾ ਹੀ ਸਿਆਣਾ ਹੈ। ਜੀਜਾ ਜੀ ਤੁਸੀਂ ਕਿਸੇ ਤਜਰਬੇਕਾਰ ਨੂੰ ਨਾਲ ਲੈ ਕੇ ਆਉਣਾ ਸੀ, ਪਰ ਸੁਣਿਆ ਇਹ ਤਾਂ ਆਪ ਹੀ ਛੜਾ। ਛੜੇ ਬੰਦੇ ਦੀ ਇਲ ਵਰਗੀ ਅੱਖ ਹੁੰਦੀ ਹੈ। ਓਹੋ, ਇਲ ਦੀਆਂ ਅੱਖਾਂ ਵਾਲੇ ਨੂੰ ਕੁਰਸੀ ਤਾਂ ਦਿਸੀ ਨਹੀਂ, ਪਰ ਇਲ ਦੇ ਕਿਹੜਾ ਮੋਢਿਆਂ ਤੇ ਅੱਖਾਂ ਲੱਗੀਆਂ ਹੁੰਦੀਆਂ। ਨਾਲੇ ਮੇਰੀ ਗੱਲ ਸੁਣ ਲਓ ਧਿਆਨ ਨਾਲ ਸਾਰੀਆਂ ਜਾਣੀਆਂ, ਮੈਂ ਛੜਾ ਨਹੀਂ, ਮੈਂ ਕੁਆਰਾ ਕੁਆਰਾ। ਉਹ ਤੁਸੀਂ ਐਵੇਂ ਨਾ ਛੜਾ ਛੜਾ ਕਹੀ ਜਾਓ, ਮੇਰਾ ਭਾਈ ਇੱਕ ਦਿਨ ਇਹੋ ਜਿਹੀ ਕੁੜੀ ਵਿਆਹ ਕੇ ਲਿਆਊ, ਸਾਰਾ ਪਿੰਡ ਖੜ ਖੜ ਦੇਖੂ। ਅੱਛਾ ਜੀ, ਹਾਂ ਜੀ, ਹਾਏ ਹਾਏ, ਨੀ ਆ ਕੁੜੀ ਨਾਲ ਵਿਆਹ ਕਰਵਾਓ, ਨੀ ਚੁੱਪ ਕਰਨੀ, ਹੋਰ ਕੀ ਹੈ, ਮੈਸ ਨਾਲ ਵਿਆਹ, ਮੈਸ ਨਾਲ ਕਰਾ ਲੂ, ਪਰ ਤੇਰੇ ਵਰਗੀ ਬਾਂਦਰੀ ਨਾਲ ਨਹੀਂ ਕਰਾਂਦਾ। ਕੁੜੀ ਨਾਲ ਤਾਂ ਬੁਰਾ ਲੱਗੂ, ਕਾਲੀ ਮੈਸ ਨਾਲ ਜੋੜੀ ਜ਼ਿਆਦਾ ਫੱਗੂ। ਬਸ ਫਿਰ ਆਪਾਂ ਤੇਰੇ ਨਾਲ ਕਰਾ ਲੈਂਦੇ, ਆਪਾਂ ਨੂੰ ਕਾਹਦਾ ਇਤਰਾਜ਼ ਹੈ। ਜੀਜਾ ਜੀ, ਸਾਲੀਆਂ ਵਾਸਤੇ ਛੱਲੇ ਲੈ ਕੇ ਆਵੀ, ਭੁੱਲ ਗਏ? ਲੈ ਕੇ ਤਾਂ ਆਇਆ, ਪਰ ਲਕੋਏ ਹੋਇਆ, ਕੱਢਣੇ ਤੁਹਾਨੂੰ ਪੈਣੇ ਆ। ਉਹ ਇਹਨਾਂ ਨੂੰ ਤਾਂ ਬਸ ਟੀਰ ਹੀ ਕੱਢਣਾ ਹੁੰਦਾ ਹੈ। ਐਡੀ ਵੀ ਕੋਈ ਗੱਲ ਨਹੀਂ, ਅਸੀਂ ਤਾਂ ਬੰਦਾ ਵੀ ਕੁਰਸੀ ਵਿੱਚੋਂ ਕੱਢ ਦਿੰਨੇ ਆ। ਲੋ ਬਹਿ ਜਾਓ, ਆ ਗਈ ਕੁਰਸੀ, ਤੁਸੀਂ ਕਹੋ ਤਾਂ ਭੁੰਜੇ ਵੀ ਬੈਠ ਜਾਗੇ। ਚਲੋ ਨੀ ਚਲੋ, ਬਹੁਤ ਹੋ ਗਿਆ ਡਰਾਮਾ। ਓਏ ਹੋਏ, ਹਲੇ ਇੱਕ ਦਿਨ ਹੋਇਆ ਵਿਆਹ ਨੂੰ, ਪਾਰਟੀ ਵੀ ਬਦਲ ਲਈ। ਜਾ ਰਹੇ ਆ, ਛੱਲੇ ਦਿਓ ਸਾਡੇ। ਛੱਲੇ ਵੀ ਦੇ ਦਿੰਨੇ ਆ, ਏ ਆ ਫੜੋ। ਹਾਏ ਹਾਏ, ਚੰਬਕ ਵਾਂਗੂ ਪੁੱਛ ਲਿਓ, ਕਾਸ਼ ਮੈਂ ਛੱਲਾ ਹੀ ਹੁੰਦਾ। ਪਰ ਪਾਉਂਦੀ ਤੈਨੂੰ ਪੈਰ ਦੇ ਗੂਠੇ ਚ, ਮੈਨੂੰ ਤਾਂ ਭਾਵੇਂ ਗਿੱਟਿਆਂ ਨਾਲ ਹੀ ਬੰਨ ਲਈ, ਪਿੱਛੇ ਪਿੱਛੇ ਛਣਕਦਾ ਫਿਰੂ। ਚਲੋ ਨੀ, ਚਲੋ ਚਲੋ।